ਹੈਲੋ ਗਾਇਸ ਕੀ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਕਿਸੇ ਲੜਕੀ ਦਾ ਨੰਬਰ ਬੜੀ ਮੁਸ਼ਕਲ ਨਾਲ ਲੱਭਿਆ ਹੋਵੇ ਕਾਫੀ ਜੁਗਾਰ ਕਰਕੇ ਉਸ ਦਾ ਤੁਸੀਂ ਨੰਬਰ ਲਿਆ ਹੋਵੇ ਕਿ ਮੈਂ ਉਸ ਨੂੰ ਮੈਸੇਜ ਕਰਾਂਗਾ ਪਰ ਹੁਣ ਤੁਹਾਨੂੰ ਪਤਾ ਹੀ ਨਹੀਂ چل ਰਿਹਾ ਕਿ ਮੈਂ ਉਸ ਨੂੰ ਮੈਸੇਜ ਕੀ ਕਰਾਂ ਜਾਂ ਫਿਰ ਤੁਸੀਂ ਆਪਣੀ ਕ੍ਰਿਸ਼ਨ ਨਾਲ ਬੈਠਣ ਦਾ ਪਲਾਨ ਬਣਾਇਆ ਹੋਵੇ ਆਪਣੀ ਗਰਲਫ੍ਰੈਂਡ ਨਾਲ ਬੈਠਣ ਦਾ ਤੁਸੀਂ ਪਲਾਨ ਬਣਾਇਆ ਹੋਵੇ ਪਰ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਮੈਂ ਗੱਲ ਕਿੱਥੋਂ ਸਟਾਰਟ ਕਰਾਂ ਉਸ ਨਾਲ ਕੀ ਗੱਲ ਕਰਾਂ ਜਾਂ ਫਿਰ ਮੰਨ ਲਓ ਮੰਨ ਲਓ ਕਿ ਤੁਹਾਡੀ ਕੋਈ ਗਰਲਫ੍ਰੈਂਡ ਆ ਤੁਸੀਂ ਰੋਜ਼ ਰੋਜ਼ ਉਸ ਨਾਲ ਇੱਕੋ ਗੱਲ ਕਰਕੇ ਥੱਕ ਗਏ ਹੋ ਤੁਸੀਂ ਉਸ ਨੂੰ ਵੀ ਬੋਰ ਕਰ ਰਹੇ ਹੋ ਅਤੇ ਖੁਦ ਵੀ ਬੋਰ ਹੋ ਰਹੇ ਹੋ ਤੁਹਾਨੂੰ ਪਤਾ ਨਹੀਂ چل ਰਿਹਾ ਕਿ ਮੈਂ ਕਿਹੜੀ ਨਵੀਂ ਗੱਲ ਸਟਾਰਟ ਕਰਾਂ ਕਿਹੜਾ ਨਵਾਂ ਟੌਪਿਕ ਸਟਾਰਟ ਕਰਾਂ ਜਿਸ ਨਾਲ ਕਿ ਉਹ ਮੇਰੀਆਂ ਗੱਲਾਂ ਵਿੱਚ ਇੰਟਰਸਟ ਲੈ ਸਕੇ ਸੋ ਗਾਇਸ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਵਿੱਚ ਤੁਸੀਂ ਕਿਸੇ ਵੀ ਅਣਜਾਣ ਲੜਕੀ ਨਾਲ ਜਾਂ ਆਪਣੀ ਗਰਲਫ੍ਰੈਂਡ ਨਾਲ ਜਾਂ ਆਪਣੀ ਕ੍ਰਸ਼ ਨਾਲ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨਾਲ ਗੱਲਾਂ ਕਰ पाओगे ਅਤੇ ਉਹ ਕਦੇ ਵੀ ਬੋਰ ਨਹੀਂ ਹੋਵੇਗੀ ਕਦੇ ਵੀ ਇਗਨੋਰ ਨਹੀਂ ਕਰੇਗੀ ਬਲਕਿ ਬਹੁਤ ਹੀ ਇੰਟਰਸਟ ਨਾਲ ਤੁਹਾਡੀਆਂ ਗੱਲਾਂ ਸੁਣੇਗੀ ਅਤੇ ਤੁਸੀਂ ਕਾਫੀ ਦੇਰ ਤੱਕ ਉਸ ਲੜਕੀ ਨਾਲ ਗੱਲ ਕਰ पाओगे ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੋ ਗਾਇਸ ਬੁਆਏਸ ਕੀ ਕਰਦੇ ਆ ਕਿ ਜਦੋਂ ਉਹਨਾਂ ਨੇ ਕਿਸੇ ਲੜਕੀ ਨਾਲ ਗੱਲ ਕਰਨੀ ਹੋਵੇ ਤਾਂ ਉਹ ਕਿਸੇ ਬਹਾਨੇ ਨਾਲ ਲੜਕੀ ਕੋਲ ਜਾਂਦੇ ਆ ਜਾਂ ਤਾਂ ਉਹ ਕਿਸੇ ਫਾਈਲ ਦੇ ਬਹਾਨੇ ਜਾਣਗੇ ਜਾਂ ਕਿਸੇ ਕਾਪੀ ਨੋਟਬੁੱਕ ਦੇ ਬਹਾਨੇ ਜਾਣਗੇ ਅਤੇ ਕਈ ਤੇ ਅਜੇ ਹੁੰਦੀ ਆ ਜੋ ਮੈਥ ਦਾ ਫਾਰਮੂਲਾ ਪੁੱਛਣ ਲਈ ਲੜਕੀ ਕੋਲ ਜਾਣਗੇ ਭਾਈ ਹੁਣ ਤੁਸੀਂ ਆਪ ਸੋਚੋ ਕਿ ਜਿਹੜਾ ਬੰਦਾ ਕਲਾਸ اٹੈਂਡ ਨਹੀਂ ਕਰਦਾ ਜਿਹੜਾ ਬੰਦਾ ਸਕੂਲ ਕਾਲਜ ਨਹੀਂ ਆਉਂਦਾ ਉਹ ਇੱਕ ਲੜਕੀ ਦੇ ਕੋਲ ਜਾ ਰਿਹਾ ਉਹ ਵੀ ਮੈਥ ਦਾ ਫਾਰਮੂਲਾ ਪੁੱਛਣ ਲਈ ਮਤਲਬ ਲੜਕੀ ਤਾਂ ਪਾਗਲਾ ਉਸਨੂੰ ਤਾਂ ਕੁਝ ਪਤਾ ਹੀ ਨਹੀਂ ਆ ਸੋ ਫਰੈਂਡਸ ਮੈਂ ਤੁਹਾਨੂੰ ਦੱਸ ਦਵਾ ਕਿ ਸਭ ਕੁਝ ਬੇਵਕੂਫ ਵਾਲੀਆਂ ਗੱਲਾਂ ਨਹੀਂ ਕਰਨੀਆਂ ਤੁਸੀਂ ਜਾਓਗੇ ਲੜਕੀ ਦੇ ਕੋਲ ਉਸਨੂੰ ਵੀ ਪਤਾ ਹੁੰਦਾ ਕਿ ਤੁਸੀਂ ਕਿਉਂ ਆਏ ਹੋ ਉਹ ਬਸ ਇਹ ਦੇਖਣਾ ਚਾਹੁੰਦੀ ਆ ਕਿ ਤੁਸੀਂ ਉਸਨੂੰ ਅਪਰੋਚ ਕਿਵੇਂ ਕਰਦੇ ਹੋ ਗਾਈਸ ਅੱਜ ਮੈਂ ਤੁਹਾਨੂੰ ਪੂਰਾ ਪਰੇਸ਼ਾਨ ਕਰ ਦੇਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਪਲੀਜ਼ ਗਾਈਸ ਲਾਈਕ ਔਰ ਸਬਸਕ੍ਰਾਈਬ ਸੋ ਫਰੈਂਡਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਲੜਕੀ ਦੇ ਕੋਲ ਗਏ ਉਸ ਨੂੰ ਹਾਈ ਹੈਲੋ ਕੀਤਾ ਉਸ ਤੋਂ ਬਾਅਦ ਗੱਲ ਨੂੰ ਅੱਗੇ ਲੈ ਜਾਣ ਲਈ ਕੁਝ ਕੁਐਸਚਨ ਹਨ ਜਿਨ੍ਹਾਂ ਦਾ ਯੂਜ਼ ਤੁਸੀਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤੁਸੀਂ ਲੜਕੀ ਨੂੰ ਪੁੱਛਣਾ ਕਿ ਅੱਜ ਦਾ ਦਿਨ ਕਿਵੇਂ ਦਾ ਰਿਹਾ ਗਾਈਸ ਅੱਜ ਦਾ ਦਿਨ ਕਿਵੇਂ ਦਾ ਰਿਹਾ ਸੋ ਫਰੈਂਡਸ ਹੁਣ ਤੁਸੀਂ ਸੋਚੋਗੇ ਕਿ ਇਹ ਕਿਵੇਂ ਦਾ ਕੁਐਸਚਨ ਆ ਕਿ ਅੱਜ ਦਾ ਦਿਨ ਕਿਵੇਂ ਦਾ ਰਿਹਾ ਸਭ ਦੇ ਦਿਨ ਆਉਂਦੀਆਂ ਸਭ ਦੇ ਦਿਨ ਜਾਂਦੀਆਂ ਇਹ ਕਿਵੇਂ ਦਾ ਸਟੂਪਿਡ ਕੁਐਸਚਨ ਆ ਪਰ ਗਾਇਜ਼ ਲੜਕੀ ਲਈ ਇਹ ਬਹੁਤ ਵੱਡਾ ਕੁਐਸਚਨ ਆ ਕਿਉਂਕਿ ਉਸਨੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਕੀਤੀਆਂ ਹੋਣਗੀਆਂ ਜੋ ਉਸਨੇ ਆਪਣੇ ਮਨ ਵਿੱਚ ਦਬਾ ਕੇ ਰੱਖੀਆਂ ਹੋਣਗੀਆਂ ਕਿ ਫਲਾਣੇ ਦੇ ਬੋਏਫ੍ਰੈਂਡ ਨੇ ਫਲਾਣੇ ਦੀ ਗਰਲਫ੍ਰੈਂਡ ਨੂੰ ਛੇੜਿਆ ਮੇਰਾ ਬੋਏਫ੍ਰੈਂਡ ਕਿਸੇ ਹੋਰ ਨਾਲ ਗੱਲ ਕਰ ਰਿਹਾ ਹੈ ਜਾਂ ਉਸਦੇ ਬੋਏਫ੍ਰੈਂਡ ਨੇ ਮੈਨੂੰ ਅਪਰੋਚ ਕੀਤਾ ਉਸਦਾ ਬੋਏਫ੍ਰੈਂਡ ਸਮਾਰਟ ਹਾਊਸ ਵਿੱਚ ਐਟੀਟਿਊਡ ਜ਼ਿਆਦਾ ਆ ਫਲਾਣੇ ਨੇ ਮੇਰੀ ਬੇਇੱਜ਼ਤੀ ਕੀਤੀ ਬਾਈ ਬਹੁਤ ਕੁਝ ਬਹੁਤ ਕੁਝ ਉਸਨੇ ਆਪਣੇ ਮਨ ਵਿੱਚ ਦਬਾ ਕੇ ਰੱਖਿਆ ਹੋਵੇਗਾ ਗਾਈਜ਼ ਜਦੋਂ ਤੁਸੀਂ ਉਸ ਨੂੰ ਪੁੱਛੋਗੇ ਕਿ ਅੱਜ ਦਾ ਦਿਨ ਕਿਵੇਂ ਦਾ ਰਿਹਾ ਤਾਂ ਤੁਸੀਂ ਦੇਖੋਗੇ ਕਿ ਉਹ ਇੰਨਾ ਜ਼ਿਆਦਾ ਬੜਬੜਾਊਗੀ ਕਿ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲੇਗਾ ਗਾਈਜ਼ ਮੈਂ ਤੁਹਾਨੂੰ ਸੱਚ ਬੋਲ ਰਿਹਾ ਕਿ ਤੁਸੀਂ ਪੁੱਛੋ ਤਾਂ ਸਹੀ ਕਿ ਅੱਜ ਦਾ ਦਿਨ ਕਿਵੇਂ ਦਾ ਰਿਹਾ ਕੀ ਕੀ ਕੀਤਾ ਤੁਸੀਂ ਅੱਜ ਦੇ ਦਿਨ ਬਾਈ ਉਹ ਲੜਕੀ ਇੱਕਦਮ ਪਟਾਕਾ ਚਲਾਏਗੀ ਤੁਹਾਡੇ ਸਾਹਮਣੇ ਤੁਸੀਂ ਆਰਾਮ ਨਾਲ ਉਸ ਦੀਆਂ ਗੱਲਾਂ ਸੁਣ ਸਕਦੇ ਹੋ ਅਤੇ ਗੱਲਾਂ-ਗੱਲਾਂ ਵਿੱਚ ਬਹੁਤ ਸਾਰੇ ਕੁਐਸਚਨ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਪੁੱਛ ਸਕਦੇ ਹੋ ਦੂਸਰਾ ਪੁਆਇੰਟ ਇਹ ਹੈ ਗਾਇਸ ਕਿ ਤੁਸੀਂ ਉਸ ਨਾਲ ਬਚਪਨ ਦੀਆਂ ਗੱਲਾਂ ਸ਼ੇਅਰ ਕਰੋ ਸਭ ਤੋਂ ਪਹਿਲਾਂ ਬਚਪਨ ਦੀਆਂ ਗੱਲਾਂ ਹੀ ਸਟਾਰਟ ਕਰੋ ਕਿ ਬਚਪਨ ਵਿੱਚ ਮੈਂ ਇਸ ਤਰ੍ਹਾਂ ਦਾ ਸੀ ਬਹੁਤ ਸ਼ਰਾਰਤੀ ਸੀ ਗਾਇਸ ਕੁਝ ਵੀ ਬੋਲੋ ਕੁਝ ਵੀ ਕੋਲ ਮਿਲਾ ਕੇ ਤੁਸੀਂ ਉਸ ਦੇ ਬਚਪਨ ਦੀਆਂ ਗੱਲਾਂ ਸਟਾਰਟ ਕਰਵਾਓ ਕਿਉਂਕਿ ਗਾਇਸ ਬਚਪਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੋ ਉਹ ਤੁਹਾਡੇ ਨਾਲ ਸ਼ੇਅਰ ਕਰੇਗੀ ਜਿਸ ਨਾਲ ਕਾਫੀ ਲੰਬਾ ਟੌਪਿਕ ਤੁਸੀਂ ਗੱਲ ਕਰ ਸਕਦੇ ਹੋ ਸੋ ਗਾਇਸ ਦੂਸਰਾ ਟੌਪਿਕ ਇਹ ਹੈ ਕਿ ਤੁਸੀਂ ਬਚਪਨ ਦੀਆਂ ਗੱਲਾਂ ਸਟਾਰਟ ਕਰੋ ਗਾਇਸ ਸਾਡਾ 3rd ਪੁਆਇੰਟ ਹੈ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹ ਹੈ ਫਲਰਟ ਤੁਸੀਂ ਥੋੜਾ ਬਹੁਤਾ ਫਲਰਟ ਕਰ ਸਕਦੇ ਹੋ ਬਟ ਰੋਮਾਂਟਿਕ ਵੇ ਵਿੱਚ ਪਰ ਪੋਜ਼ਿਟਿਵ ਹੋਣਾ ਚਾਹੀਦਾ ਉਹ ਜੇਕਰ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਫਲਰਟ ਉੱਪਰ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਫੁੱਲ ਡਿਟੇਲ ਵਿੱਚ ਸੋ ਗਾਇਸ ਸਾਡਾ ਫੋਰਥ ਪੁਆਇੰਟ ਹੈ ਕਿ ਤੁਸੀਂ ਆਪਣੀਆਂ ਸੀਕ੍ਰੀਟ ਗੱਲਾਂ ਸ਼ੇਅਰ ਕਰੋ ਕਿਉਂਕਿ ਲੜਕੀ ਨੂੰ ਬਹੁਤ ਹੀ ਵਧੀਆ ਲੱਗਦਾ ਜਦੋਂ ਤੁਸੀਂ ਆਪਣੀਆਂ ਸੀਗਰਟ ਗੱਲਾਂ ਉਸ ਨਾਲ ਸ਼ੇਅਰ ਕਰਦੇ ਹੋ। ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਪਣੀਆਂ ਪਰਸਨਲ ਗੱਲਾਂ ਸ਼ੇਅਰ ਕਰਨੀਆਂ ਹਨ। ਇਸ ਨਾਲ ਇਹ ਹੋਵੇਗਾ ਕਿ ਲੜਕੀ ਨੂੰ ਥੋੜਾ ਸਪੈਸ਼ਲ ਫੀਲ ਹੋਵੇਗਾ ਅਤੇ ਉਹ ਤੁਹਾਡੇ ਉੱਪਰ ਟਰਸਟ ਵੀ ਕਰੇਗੀ। ਗਾਈ ਸਾਡਾ ਨੈਕਸਟ ਪੁਆਇੰਟ ਹੈ ਕਿ ਉਸ ਕੋਲੋਂ ਕੋਈ ਕੁਐਸਚਨ ਪੁੱਛੋ। ਕੋਈ ਵੀ ਕੁਐਸਚਨ ਪੁੱਛੋ ਕਿ ਤੁਹਾਨੂੰ ਕੀ ਪਸੰਦ ਆ, ਤੁਹਾਨੂੰ ਕਿੱਥੇ ਜਾਣਾ ਪਸੰਦ ਆ, ਤੁਹਾਨੂੰ ਕੀ ਖਾਣਾ ਪਸੰਦ ਆ, ਕੁਝ ਵੀ। ਸੋ ਇਹ ਬਹੁਤ ਜ਼ਿਆਦਾ ਇੰਟਰਸਟਿੰਗ ਆ ਉਸ ਲਈ। ਉਹ ਤੁਹਾਨੂੰ ਜ਼ਰੂਰ ਦੱਸੇਗੀ ਕਿਉਂਕਿ ਗਰਲਸ ਨੂੰ ਬਹੁਤ ਪਸੰਦ ਹੁੰਦਾ ਕਿ ਕੋਈ ਉਹਨਾਂ ਦੀ ਪਸੰਦ ਨੂੰ ਜਾਣੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਬॉयਫਰੈਂਡ ਬਾਰੇ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਵੇਂ ਦਾ ਬॉयਫਰੈਂਡ ਚਾਹੀਦਾ ਹੈ ਕਿਵੇਂ ਦਾ ਹਸਬੰਦ ਚਾਹੀਦਾ ਹੈ ਕਿਉਂਕਿ ਗਰਲਸ ਕੋਲ ਨਾ ਫੁੱਲ ਕੰਪਲੀਟ ਲਿਸਟ ਹੁੰਦੀ ਹੈ ਬॉयਫਰੈਂਡ ਬਾਰੇ ਹਸਬੰਦ ਬਾਰੇ ਸੋ ਇਹ ਕੁਝ ਟੌਪਿਕਸ ਹਨ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੋ ਪਲੀਜ਼ ਗਾਇਜ਼ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਸ਼ੇਅਰ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ